ਸੋ ਤਸਵੀਰਾਂ ਜੋ ਆਈਆਂ ਨੇ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਬੀਤੇ ਕੱਲ੍ਹ ਤੋਂ ਇਹ ਚਰਚਾ ਹੋ ਰਹੀ ਹੈ ਕਿ ਇੱਕ ਚੀਤਾ ਹੈ ਜਿਹੜਾ ਉਹ ਜ਼ਿਲ੍ਹਾ ਸੰਗਰੂਰ ਦੇ ਸਬ ਡਿਵੀਜ਼ਨ ਭਵਾਨੀਗੜ੍ਹ ਦੇ ਪਿੰਡਾਂ 'ਚ ਨਜ਼ਰ ਆਇਆ। ਚੀਤੇ ਦੇ ਪੈਰਾਂ ਦੇ ਨਿਸ਼ਾਨ ਕੱਲ੍ਹ ਨੇੜਲੇ ਪਿੰਡ ਘਰਾਚੋ ਵਿਖੇ ਵੇਖੇ ਗਏ ਅਤੇ ਹੁਣੇ ਹੁਣੇ ਇਹ ਅਪਡੇਟ ਆ ਰਹੀ ਹੈ ਕਿ ਇਸ ਚੀਤੇ ਨੂੰ ਭਵਾਨੀਗੜ੍ਹ ਦੇ ਨੇੜੇ ਵੇਖਿਆ ਗਿਆ। ਇਹ ਜਾਣਕਾਰੀ ਮਿਲੀ ਸੀ ਥੋੜ੍ਹੀ ਦੇਰ ਪਹਿਲਾਂ ਕਿ ਇਸ ਚੀਤੇ ਨੂੰ ਕੈਂਚੀਆਂ ਦੇ ਵਿੱਚ, ਸੰਗਰੂਰ ਵਾਲੀਆਂ ਕੈਂਚੀਆਂ ਦੇ ਵਿੱਚ ਜਿੱਥੇ ਡੇਰਾ ਸਿਰਸਾ ਉਸ ਦੇ ਨੇੜੇ ਦੇਖਿਆ ਗਿਆ ਅਤੇ ਉਸ ਤੋਂ ਬਾਅਦ ਭਾਵਾਂ ਕਿ ਇਹ ਗੱਲਾਂ ਉੱਡ ਰਹੀਆਂ ਨੇ, ਹਾਲੇ ਅਸੀਂ ਇਹਦੀ ਪੁਖਤਾ ਜਿਹੜੀ ਹੈ ਕੋਈ ਪੁਸ਼ਟੀ ਨਹੀਂ ਕਰਦੇ। ਹਾਲਾਂਕਿ ਆਲਾ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਸੋਸ਼ਲ ਮੀਡੀਆ 'ਤੇ ਬਣੇ ਗਰੁੱਪਾਂ ਦੇ ਵਿੱਚ ਇਹ ਖਬਰ ਹੈ ਜਿਹੜੀ ਅੱਗ ਵਾਂਗੂ ਫੈਲ ਰਹੀ ਹੈ। ਹਾਲਾਂਕਿ ਇਹ ਨਹੀਂ ਅਸੀਂ ਕਹਿੰਦੇ ਕਿ ਜ਼ਰੂਰੀ ਇਹੀ ਵੀਡੀਓ ਹੋ ਸਕਦੀ ਹੈ, ਇਹ ਵੀਡੀਓ ਕਿਤੇ ਹੋਰ ਦੀ ਵੀ ਹੋ ਸਕਦੀ ਹੈ, ਪਰ ਇਹ ਜਿਹੜੀ ਜਾਣਕਾਰੀ ਹੈ ਇਹ ਮਿਲ ਰਹੀ ਹੈ, ਇਹ ਗੱਲ ਉੱਡ ਰਹੀ ਹੈ ਕਿ ਭਵਾਨੀਗੜ੍ਹ ਦੇ ਨੇੜੇ ਤੇੜੇ ਇਹ ਤੇਂਦੂਆ ਜਿਹੜਾ ਲੋਕਾਂ ਨੇ ਦੇਖਿਆ। ਹਾਲਾਂਕਿ ਇੱਕ ਆਡੀਓ ਸਾਡੇ ਕੋਲ ਆਈ ਹੈ, ਉਹਦੇ ਵਿੱਚ ਕਿਹਾ ਜਾ ਰਿਹਾ ਕਿ ਇਹ ਤੇਂਦੂਆ ਉਹਨਾਂ ਦੀ ਗੱਡੀ ਅੱਗੇ ਆ ਗਿਆ ਸੀ ਅਤੇ ਉਹ ਤੇਂਦੂਆ ਜਿਹੜਾ ਸਿਰਸਾ ਜੋ ਨਾਮ ਚਰਚਾ ਕਰ ਰਿਹਾ ਉਸਦੇ ਪਿੱਛੇ ਚਲਾ ਗਿਆ, ਭਾਵ ਕਿ ਭਵਾਨੀਗੜ੍ਹ ਦੇ ਨੇੜੇ ਤੇੜੇ ਦੇਖਣ ਦੀ ਗੱਲ ਦੱਸੀ। ਬਾਈ ਜੀ, ਫੱਗੂਵਾਲ ਕੈਂਚੀਆਂ ਦੇ ਵਿੱਚ 8:57 'ਤੇ ਜਿਹੜਾ ਸਰਸਾ ਦਾ ਡੇਰਾ ਬਾਈ ਜੀ, ਉਹਦੇ ਪਿੱਛੇ ਚਿੱਤਾ ਐਸੇ ਟਾਈਮ ਹਾਜ਼ਰ ਗੱਡੀ ਦੇ ਮੂਹਰੇ ਆ ਗਿਆ ਜੀ। ਆਪਣੀ ਦੇ ਵੀਰ ਬਣ ਕੇ ਆਪਣਾ ਬੱਚਿਆਂ ਦਾ, ਆਪਣੇ ਸਾਰੇ ਪਰਿਵਾਰ ਦਾ ਧਿਆਨ ਰੱਖੋ। ਸੋ ਤੁਸੀਂ ਸੁਣਿਆ ਜਿਹੜੀ ਆਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਪਰ ਹੁਣੀ ਹੁਣੀ ਸਾਡੇ ਪੱਤਰਕਾਰ ਦੀ ਗੱਲ ਜੰਗਲਾਤ ਵਿਭਾਗ ਦੇ ਆਲਾ ਅਧਿਕਾਰੀ ਮੈਡਮ ਸਿਮਰਨ ਕੌਰ ਨਾਲ ਹੋਈ ਹੈ। ਉਹਨਾਂ ਨੇ ਜਾਣਕਾਰੀ ਦਿੱਤੀ ਹੈ, ਖੰਡਨ ਵੀ ਕੀਤਾ ਕਿ ਇਹ ਜਿਹੜੀ ਵੀਡੀਓ ਹੈ ਇਹ ਕਾਫੀ ਪੁਰਾਣੀ ਹੈ ਜੋ ਵਾਇਰਲ ਹੋ ਰਹੀ ਹੈ। ਸੋ ਉਹਨਾਂ ਦਾ ਕਹਿਣਾ ਹੈ ਕਿ ਉਹ ਪੂਰੀ ਤਰ੍ਹਾਂ ਅਲਰਟ ਨੇ ਅਤੇ ਪੂਰੀ ਹੈ ਜਿਹੜੀ ਜਾਂਚ ਪੜਤਾਲ ਕਰ ਰਹੇ ਨੇ, ਪਰ ਉਹਨਾਂ ਨੇ ਇਸ ਗੱਲ ਦਾ ਖੰਡਨ ਕੀਤਾ ਕਿ ਇਹ ਜਿਹੜੀ ਵੀਡੀਓ ਜਿਹੜੀ ਹੁਣ ਵਾਇਰਲ ਹੋ ਰਹੀ ਹੈ ਇਹ ਵੀਡੀਓ ਪੁਰਾਣੀ ਹੈ ਅਤੇ ਆਮ ਜਿਹੜੀ ਜਨਤਾ ਉਹ ਅਫਵਾਹਾਂ 'ਤੇ ਕੋਈ ਵੀ ਜਿਹੜਾ ਧਿਆਨ ਨਾ ਦੇਵੇ, ਪਰ ਆਪਣਾ ਖਿਆਲ ਜ਼ਰੂਰ ਰੱਖੇ, ਆਪਣਾ ਬਚਾਓ ਜ਼ਰੂਰ ਰੱਖੇ। ਸੋ ਉਹਨਾਂ ਨੇ ਇਸ ਵੀਡੀਓ ਦਾ ਖੰਡਨ ਕੀਤਾ ਅਤੇ